ਸਿੱਖ ਨੌਜਵਾਨਾਂ ਦੇ ਉੱਤੇ ਇਹ ਕਿਵੇਂ ਅੱਤਿਆਚਾਰ ਹੋ ਰਿਹਾ। ਤੂੰ ਥਾਣੇ 'ਚ ਲਿਜਾ ਕੇ ਨੰਗਿਆਂ ਕਰਕੇ ਸੈਕਸੁਅਲ ਹਰਾਸਮੈਂਟ ਕੀਤੀ ਗਈ, ਉਹਨਾਂ ਦੇ ਮਤਲਬ ਕਰੰਟ ਲਾਇਆ ਗਿਆ, ਮੂੰਹ ਦੇ ਵਿੱਚ ਤੇਜ਼ਾਬ ਵੀ ਪਾਇਆ ਗਿਆ, ਜਿਵੇਂ ਉਹ ਪੰਜਾਬ ਦੇ ਜੰਮਪਲ ਨਹੀਂ ਪਾਕਿਸਤਾਨ ਦੇ ਜਾਂ ਕਿਸੇ ਹੋਰ ਮੁਲਕ ਦੇ ਹੋਣ। ਇਹ ਕੇਸਾਂ ਦੇ ਹੱਥ ਪਾ ਕੇ ਅਤੇ ਗਰਦਨ 'ਤੇ ਲੱਤ ਰੱਖੀ ਸੀਗੀ ਕਿ ਤੇਰੇ ਕੇਸ ਵੀ ਕਤਲ ਕਰਨੇ ਨੇ। ਬੀਤੇ ਦਿਨੀ ਸਿੱਖ ਨੌਜਵਾਨ ਜੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਵਿਖੇ ਜਿਹੜਾ ਨਤਮਸਤਕ ਹੋਣ ਜਾ ਰਿਹਾ ਸੀ, ਉਸ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਜਿਹੜਾ ਉਸ ਦੀ ਕੁੱਟਮਾਰ ਕੀਤੀ ਗਈ ਹੈ, ਉਸ ਨੂੰ ਲੈ ਕੇ ਆ ਜਿਹੜਾ ਮਾਮਲਾ ਜਿਹੜਾ ਭਖਦਾ ਆ ਰਿਹਾ, ਉਸ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ, ਜਿਵੇਂ ਗੱਲ ਕਰੀਏ ਆਪਾਂ ਸਤਿਕਾਰ ਕਮੇਟੀ, ਯੂਨਾਈਟਿਡ ਸਿੱਖ ਪਾਰਟੀ ਅਤੇ ਹੋਰ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਨਿਤਰ ਆਈਆਂ ਨੇ, ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਵੀ ਕਿਹੜੀਆਂ ਕਮੇਟੀਆਂ ਅਤੇ ਉਹ ਕੀ ਐਕਸ਼ਨ ਲੈ ਰਹੇ ਨੇ, ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਕੀ ਨਾਮ ਹੈ। ਯੂਨਾਈਟਿਡ ਸਿੱਖ ਪਾਰਟੀ ਜਸਵਿੰਦਰ ਸਿੰਘ ਰਾਜਪੁਰਾ। ਕੀ ਮਾਮਲਾ ਸੀ ਪੂਰਾ ਅਤੇ ਅੱਜ ਤੁਸੀਂ ਇਕੱਠੇ ਹੋਏ ਹੋ ਵੱਖ ਵੱਖ ਪਾਰਟੀ ਵੱਲੋਂ, ਕਿੱਦਾਂ ਦਾ ਤੁਹਾਡਾ ਸਟੈਪ ਕੀਤਾ ਜਾਵੇ? ਮਾਮਲਾ ਇਹੀ ਹੈ ਕਿ ਸਿੱਖ ਨੌਜਵਾਨ ਦੇ ਉੱਤੇ ਜਿਹੜਾ ਜ਼ਾਲਮਾਨਾ ਢੰਗ ਦੇ ਨਾਲ ਤਸ਼ੱਦਦ ਕੀਤਾ ਗਿਆ, ਉਹਨੂੰ ਥਾਣੇ 'ਚ ਲਿਜਾ ਕੇ ਨੰਗਿਆਂ ਕਰਕੇ ਸੈਕਸੁਅਲ ਹਰਾਸਮੈਂਟ ਕੀਤੀ ਗਈ, ਉਹਨਾਂ ਦੇ ਮਤਲਬ ਕਰੰਟ ਲਾਇਆ ਗਿਆ, ਮੂੰਹ ਦੇ ਵਿੱਚ ਤੇਜ਼ਾਬ ਵੀ ਪਾਇਆ ਗਿਆ, ਅਤੇ ਉਹਨਾਂ ਦੀ ਮਤਲਬ ਕਿ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਵੇਂ ਉਹ ਪੰਜਾਬ ਦੇ ਜੰਮਪਲ ਨਹੀਂ ਪਾਕਿਸਤਾਨ ਦੇ ਜਾਂ ਕਿਸੇ ਹੋਰ ਮੁਲਕ ਦੇ ਹੋਣ। ਅਤੇ ਇਹ ਗੱਲ ਦਾ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ, ਕਿਉਂਕਿ ਇਹੋ ਜਿਹੀ ਗੱਲਾਂ 1994-84 'ਚ ਸੁਣਨ ਨੂੰ ਮਿਲਦੀ ਸੀ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ 'ਤੇ ਅੱਤਿਆਚਾਰ ਕਰਦੀ ਹੈ। ਅੱਜ ਅੱਖੀਂ ਦੇਖਿਆ ਸਾਨੇ ਵੀ ਇਹ ਸਿੱਖ ਨੌਜਵਾਨਾਂ ਦੇ ਉੱਤੇ ਇਹ ਕਿਵੇਂ ਅੱਤਿਆਚਾਰ ਹੋ ਰਿਹਾ। ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ, ਅਤੇ ਦੂਜੇ ਪਾਸੇ ਸਾਡੇ ਸਿੱਖ ਨੌਜਵਾਨਾਂ ਨੂੰ ਥਾਣੇ 'ਚ ਲਿਜਾ ਕੇ ਤਸ਼ੱਦਦ ਧਾਇਆ ਜਾ ਰਿਹਾ। ਇਹ ਕਿਵੇਂ ਪੰਜਾਬ ਦੀ ਨੌਜਵਾਨੀ ਬਚਾਉਣਗੇ? ਤੁਸੀਂ ਆਪ ਉੱਥੇ ਜਾ ਕੇ ਆਇਓ, ਉਹਨਾਂ ਪਰਿਵਾਰ ਨੂੰ ਵੀ ਮਿਲਿਓ, ਤੁਹਾਨੂੰ ਕਿਹਾ ਬੱਚੇ ਦੇ ਕਿੱਦਾਂ ਦੇ ਹਾਲਾਤ ਨੇ, ਕੀ ਮੰਗ ਕਰ ਰਹੇ? ਬੱਚਿਆਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਦਰਦਨਾਕ ਨੇ। ਤੁਸੀਂ ਵੀ ਮੀਡੀਆ ਵਾਲੇ ਵੀਰ ਉੱਥੇ ਪਹੁੰਚੇ ਨੇ, ਉਹ ਉਹਨਾਂ ਦੀ ਗਰਦਨ ਤੁਸੀਂ ਦੇਖੋ, ਜਿੰਨੀ ਵਾਰ ਵੀ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਆਪਣੀ ਗਰਦਨ 'ਤੇ ਹੱਥ ਰੱਖਿਆ। ਮੇਰੇ ਨਾਲ ਵੀ ਜਦੋਂ ਗੱਲ ਕੀਤੀ ਗਰਦਨ 'ਤੇ ਹੱਥ ਰੱਖਿਆ ਹੋਇਆ ਸੀ, ਮੈਂ ਉਸ ਵੀਰ ਨੂੰ ਪੁੱਛਿਆ ਵੀ ਕਾਰਨ ਦੱਸ ਵੀ ਗਰਦਨ 'ਤੇ ਕਿਉਂ ਹੱਥ ਰੱਖਿਆ, ਅਤੇ ਉਹਨਾਂ ਨੇ ਮੈਨੂੰ ਦਿਖਾਇਆ, ਕਹਿੰਦੇ ਭਾਈ ਸਾਹਿਬ ਇੱਥੇ ਪੁਲਿਸ ਵਾਲੇ ਨੇ ਮੇਰੇ ਕੇਸਾਂ ਦੇ ਹੱਥ ਪਾ ਕੇ ਅਤੇ ਗਰਦਨ 'ਤੇ ਲੱਤ ਰੱਖੀ ਸੀਗੀ ਕਿ ਤੇਰੇ ਕੇਸ ਵੀ ਕਤਲ ਕਰਨੇ ਨੇ, ਤੇਰੀ ਵੀਡੀਓ ਬਣਾਵਾਂਗੇ ਅਤੇ ਜਨਤਕ ਕਰਾਂਗੇ ਕਿ ਸਿੱਖ ਪੱਗ ਬੰਨ੍ਹੀ ਹੋਈ ਹੈ, ਇਹ ਸਿੱਖ ਨਹੀਂ ਹੈਗਾ, ਅੰਮ੍ਰਿਤ ਛਕਿਆ ਹੋਇਆ, ਇਹ ਬਦਨਾਮੀ ਕਰਦੇ ਨੇ। ਵੀ ਇਸ ਤਰੀਕੇ ਨਾਲ ਬੇਇੱਜ਼ਤ ਕੀਤਾ ਗਿਆ ਉਹ ਸਿੱਖ ਨੌਜਵਾਨ। ਤੁਹਾਡੀਆਂ ਸੰਸਥਾ ਵੱਲੋਂ ਜਿਹੜਾ ਹੈ ਕਿ ਇਨਸਾਫ ਦਿਵਾਉਣ ਲਈ ਕੀ ਕੁਛ ਕੀਤਾ ਜਾਵੇ? ਅਸੀਂ ਜੋ ਹੋ ਸਕਦਾ ਉਹ ਕਰਾਂਗੇ। ਬਾਕੀ ਅਸੀਂ 13 ਤਰੀਕ ਲਾਸਟ ਦੇਈ ਹੈ ਪ੍ਰਸ਼ਾਸਨ ਨੂੰ ਕਿ 13 ਤਰੀਕ ਤੱਕ ਉਹ ਦੋਸ਼ੀ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ, ਉਹਨਾਂ 'ਤੇ ਇਰਾਦਾ ਕਤਲ ਪਰਚਾ ਦਰਜ ਹੋਵੇ, 295A ਲੱਗੇ, ਕਿਉਂਕਿ ਕੇਸ ਪੱਟੇ ਗਏ ਨੇ, ਦਾੜੀ ਪੱਟੀ ਗਈ ਹੈ, ਉਹ ਉਹਨਾਂ ਦੀ ਦਸਤਾਰ ਦੀ ਬੇਅਦਬੀ ਹੋਈ ਹੈ। ਇੱਕ ਪਾਸੇ 'ਤੇ ਸਾਡੇ ਮੰਤਰੀ ਅਮੈਰੀਕਾ ਨੂੰ ਰੌਲਾ ਪਾਉਂਦੇ ਨੇ, ਉੱਥੇ ਸਿੱਖਾਂ 'ਤੇ ਹਮਲਾ ਹੋ ਰਿਹਾ, ਜਿਹੜੇ ਇੱਥੇ ਪੰਜਾਬ ਪੁਲਿਸ ਸਿੱਖਾਂ 'ਤੇ ਕਰ ਰਹੀ, ਉਹਦੇ ਬਾਰੇ ਕੌਣ ਆਵਾਜ਼ ਚੱਕੂਗਾ? ਤੁਹਾਡੇ ਨਾਲ ਕਿਹੜੀ ਕਿਹੜੀ ਸਿੱਖ ਸੰਸਥਾ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ? ਇੱਥੇ ਯੂਨਾਈਟਿਡ ਸਿੱਖ ਪਾਰਟੀ ਹੈ, ਪੰਥ ਖਾਲਸਾ ਪੰਜਾਬ ਸਤਿਕਾਰ ਕਮੇਟੀ ਹੈ, ਗੁਰੂ ਗ੍ਰੰਥ ਸਾਹਿਬ ਸੇਵਾ ਪ੍ਰਚਾਰ ਮਿਸ਼ਨ ਹੈ, ਹੋਰ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ, ਕਮੇਟੀਆਂ ਮੈਂਬਰ ਨੇ, ਹੋਰ ਉੱਥੇ ਅਸੀਂ ਪੂਰੇ ਪੰਥ ਨੂੰ ਅਪੀਲ ਕਰ ਰਹੇ ਹਾਂ, ਖਾਲਸਾ ਪੰਥ ਨੂੰ, ਕਿ ਜੇ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ 13 ਤਰੀਕ ਨੂੰ ਜਿਹੜਾ SSP ਦਫ਼ਤਰ ਦੇ ਬਾਹਰ ਉਹ ਪਹੁੰਚਿਆ ਜਾਵੇ। ਨਾਲ ਹੋਰ ਵੀ ਜਿਹੜਾ ਸਿੱਖ ਸੰਗਤਾਂ ਮੌਜੂਦ ਨੇ ਸਰਕਾਰ ਕਮੇਟੀ ਤੋਂ ਜਿਹੜੇ ਆ ਗੱਲਬਾਤ ਕਰਦੇ, ਉਹਨਾਂ ਦੇ ਨਾਲ ਵੀ ਤੁਹਾਡਾ ਵੱਲੋਂ ਉਹਨਾਂ ਦੇ ਹੱਕ ਦੇ ਲਈ ਕੀ ਕੁਛ ਕੀਤਾ ਜੂਗਾ, ਤੁਹਾਡੇ ਲਈ ਕੀ ਕੀਤਾ ਜੂਗਾ? ਸਾਡੇ ਵੱਲੋਂ ਤਾਂ ਜਿਹੜਾ SSP ਨੂੰ ਸਿੱਧੀ ਚੇਤਾਵਨੀ ਹੈ, ਅਤੇ ਪਹਿਲਾਂ ਤਾਂ ਬੇਨਤੀ ਕਰਦੇ ਹਾਂ, ਨਹੀਂ ਤਾਂ ਸਿੱਧੀ ਚੇਤਾਵਨੀ ਹੈ ਕਿ ਜੇ ਉਹਦੇ 'ਤੇ ਧਾਰਾ 323-342 ਲਾਉਣੀ ਹੈ ਤਾਂ ਉਹ ਬਿਲਕੁਲ ਨਾ ਲਾਓ, ਉਹ ਵੀ ਰੱਦ ਕਰ ਦਿਓ, ਸਾਡੇ 'ਤੇ ਲਾਓ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਉਹਨੇ ਸਿੱਖ ਵੀਰ ਨਾਲ ਕੀਤਾ ਵਾ, ਤਾਂ ਅਸੀਂ ਉੱਦਾਂ ਹੀ ਸਤਿਕਾਰ ਕਮੇਟੀ ਵਾਲੇ ਅਤੇ ਹੋਰ ਸਿੱਖ ਜਗਤ ਨੂੰ ਬੇਨਤੀ ਕਰਦੇ ਹਾਂ, ਆਓ ਉਸ ਥਾਣੇਦਾਰ ਦੀ ਛਿੱਤਰ ਪਰੇਡ ਕਰੀਏ, ਅਤੇ ਜੇ ਬਣਦੀ ਕਾਰਵਾਈ SHO ਤੋਂ ਵੀ ਨਾ ਕੀਤੀ, ਜੇ ਦੋਸ਼ੀ ਹੋਇਆ ਅਤੇ SHO ਤੋਂ ਵੀ ਛਿੱਤਰ ਪਰੇਡ ਕਰਾਂਗੇ, ਅਤੇ ਸਾਰੇ SHO ਨੂੰ ਥਾਣਿਆਂ ਨੂੰ ਨਿਮਰਤਾ ਸਾਥ ਬੇਨਤੀ ਕਰਦੇ ਹਾਂ ਕਿ ਇਹ ਗੰਦੇ ਕੰਮ ਕਰਨੇ ਬੰਦ ਕਰ ਦਿਓ, ਇਹਨੂੰ ਕਨੇਡਾ ਅਮੈਰੀਕਾ ਬਣਾ ਲਓ, ਨਹੀਂ ਤਾਂ ਖਾਲਿਸਤਾਨ ਤਾਂ ਹੀ ਮੰਗ ਰਹੇ ਨੇ ਲੋਕ, ਇਹ ਆਵਾਜ਼ ਤਾਂ ਹੀ 2020 ਤਾਂ ਹੀ ਹੋਣ ਜਾ ਰਿਹਾ ਵਾ, ਅਤੇ ਅਸੀਂ ਉਹਦਾ ਸਪੋਰਟ ਦਿੰਦੇ ਹਾਂ ਵੀ ਬਿਲਕੁਲ ਹੋਣਾ ਚਾਹੀਦਾ, ਜੇ ਇਹੋ ਜਿਹੇ ਕੁੱਤੇ ਕੰਮ ਕਰਨੇ ਨੇ ਇਹ ਸਰਕਾਰ ਨੇ ਤਾਂ। ਇਹ ਸਨ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜੇਕਰ ਉਸ ਨੌਜਵਾਨ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਤਾਂ ਜਥੇਬੰਦੀਆਂ ਵੱਲੋਂ ਜਲਦ ਜਿਹੜਾ DC ਦਫ਼ਤਰ ਜਾਂ SSP ਦਫ਼ਤਰ ਦੇ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ, ਅਤੇ ਨੌਜਵਾਨ ਜਿਹੜਾ ਉਹਨਾਂ ਦੇ ਖਿਲਾਫ਼ ਜਿਹੜਾ ਉਹਨਾਂ ਨੂੰ ਹੱਕ ਬਣ ਦਾ ਹੱਕ ਜਿਹੜਾ ਦਿੱਤਾ ਜਾਊਗਾ। ਕੈਮਰਾ ਪਰਸਨ ਕਮਲ ਦੁਆ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, TIME TV। ਸਿੱਖ ਨੌਜਵਾਨ ਦੇ ਉੱਤੇ ਵਹਿਸ਼ੀ ਵਾਲਾ ਤਰੀਕੇ ਦੇ ਨਾਲ ਪੁਲਿਸ ਵੱਲੋਂ ਉਹ ਕਹਿ ਦਿੱਤਾ ਗਿਆ
ਜਿਹੜਾ ਪੰਜਾਬ ਦੀਆਂ ਪੰਥਕ ਜਥੇਬੰਦੀ ਇਕੱਤਰਿਤ ਹੋਈਆਂ ਨੇ ਯੂਨਾਈਟਿਡ ਸਿੱਖ ਪਾਰਟੀ, ਪੰਥ ਖਾਲਸਾ ਪੰਜਾਬ, ਸਤਿਕਾਰ ਕਮੇਟੀ, ਗੁਰੂ ਗ੍ਰੰਥ ਸਾਹਿਬ ਸੇਵਾ ਮਿਸ਼ਨ ਅਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਪ੍ਰਧਾਨ ਨੇ, ਮੈਂਬਰ ਸਾਹਿਬਾਨ ਨੇ ਇੱਥੇ ਪਹੁੰਚੇ ਨੇ। ਉਹ ਇਹੀ ਕਾਰਨ ਹੈ ਜਿਹੜਾ ਪੁਲਿਸ ਵੱਲੋਂ ਸਿੱਖ ਨੌਜਵਾਨ ਦੇ ਉੱਤੇ ਇੱਕ ਜਾਨਮਾਨਾ ਤਰੀਕੇ ਦੇ ਨਾਲ ਤਸ਼ੱਦਦ ਢਾਇਆ ਗਿਆ। ਇਹੋ ਜਿਹੇ ਤਸ਼ੱਦਦ ਸਾਨੂੰ 1984 ਦੇ ਅਤੇ 1994 'ਚ ਸੁਣਨ ਨੂੰ ਮਿਲਦੇ ਸਨ, ਅਤੇ ਪਹਿਲੀ ਵਾਰੀ ਇਹ ਅੱਖੋਂ ਦੇਖਿਆ ਕਿ ਹੁਣ ਇੱਕ ਸਿੱਖ ਨੌਜਵਾਨ ਦੇ ਉੱਤੇ ਇੰਨਾ ਤਸ਼ੱਦਦ, ਇੱਕ ਥਾਣੇ 'ਚ ਲਿਜਾ ਕੇ ਉਹਨੂੰ ਨੰਗਾ ਕਰਕੇ ਕੁੱਟਿਆ ਗਿਆ, ਉਹਦੀ ਗਰਦਨ ਦੇ ਉੱਤੇ ਲੱਤ ਰੱਖ ਕੇ ਉਹਦੇ ਕੇਸ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਸੈਕਸੁਅਲ ਹਰਾਸ਼ਮੈਂਟ ਕੀਤਾ ਗਿਆ, ਅਤੇ ਫਿਰ ਵੀ ਇੱਥੇ ਜਿਹੜੀ ਪੰਜਾਬ ਸਰਕਾਰ ਹੈ ਉਹ ਹਜੇ ਇਨਕੁਆਇਰੀਆਂ ਕਰ ਰਹੀਆਂ ਨੇ। 4 ਦਿਨ ਹੋ ਗਏ ਨੇ ਸਿੱਖ ਨੌਜਵਾਨ ਐਮਰਜੈਂਸੀ 'ਚ ਰਜਿੰਦਰਾ ਹਸਪਤਾਲ 'ਚ ਦਾਖਲ ਹੈ, ਪਰ ਹਰੇ ਤੱਕ ਜਿਹੜੀ ਸਰਕਾਰ ਨੇ ਉਹ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਅਸੀਂ ਇਹੀ ਅੱਜ ਮੰਗ ਕਰਦੇ ਹਾਂ ਜਿਹੜੇ ਦੋਸ਼ੀ 4 ਪੁਲਿਸ ਵਾਲੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇ, ਉਹਨਾਂ ਦੇ ਉੱਤੇ ਇਰਾਦਾ ਕਤਲ 377, 331, 330 ਅਤੇ ਜਿਹੜੀ ਹੋਰ ਜਿਹੜੀ ਸੰਗੀਨ ਧਾਰਾਵਾਂ ਨੇ ਉਸ ਤਹਿਤ ਉਹਨਾਂ ਦੀ ਗ੍ਰਿਫਤਾਰੀ ਹੋਵੇ, ਅਤੇ ਨਾਲ ਦੀ ਨਾਲ ਉਹਨਾਂ ਨੂੰ ਪੱਕੇ ਤੌਰ 'ਤੇ ਪੰਜਾਬ ਸਰਕਾਰ ਹੈ ਉਹ ਬਰਖਾਸਤ ਕਰੇ। ਤੁਹਾਡੇ ਵੱਲੋਂ ਕੀ ਕਦਮ ਦਿੱਤੇ ਜਾਣਗੇ ਜਥੇਬੰਦੀ ਵੱਲੋਂ? ਜੇ ਸਰਕਾਰ ਨਾ ਮੰਨੀ ਇਹਨਾਂ ਗੱਲਾਂ ਨੂੰ, ਅਸੀਂ 13 ਤਰੀਕ ਦਿਨ ਸੋਮਵਾਰ ਨੂੰ SSP ਦਫ਼ਤਰ ਪਟਿਆਲਾ ਦਾ ਘਰਾ ਕਰਾਂਗੇ, ਅਤੇ ਪੂਰੇ ਸਿੱਖ ਕੌਮ ਨੂੰ, ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਹ 13 ਤਰੀਕ ਨੂੰ ਪਟਿਆਲਾ ਜ਼ਰੂਰ ਪਹੁੰਚਣ, ਜੇ ਸਰਕਾਰ ਨਾ ਕੋਈ ਫੈਸਲਾ ਲਵੇ। ਕਿ ਇੱਥੇ ਨਾਲ ਸਾਰੀ ਜਥੇਬੰਦੀਆਂ ਪਹੁੰਚੇ ਆ, ਇੱਕ ਤਾਂ ਪੂਰੇ ਪ੍ਰਸ਼ਾਸਨ ਦਾ ਰਵੱਈਆ ਉਹ ਨੌਜਵਾਨ ਪ੍ਰਤੀ ਮਾੜਾ ਰਿਹਾ, ਕਿਉਂਕਿ ਜਿਹੜਾ ਹਸਪਤਾਲ ਦਾ ਇੰਚਾਰਜ ਆ ਉੱਥੇ SMO ਹੈ, ਉਹਨਾਂ ਵੱਲੋਂ 3 ਦਿਨ ਬਾਅਦ ਉਹ ਸਿੱਖ ਨੌਜਵਾਨ ਦਾ CT ਸਕੈਨ ਕਰਾਇਆ ਗਿਆ। ਉਹਨੂੰ 3 ਦਿਨ ਤੋਂ ਹਸਪਤਾਲ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਪ੍ਰਾਈਵੇਟ ਇਲਾਜ ਕਰਾਓ। ਇੱਥੇ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਉਹਨਾਂ ਦੀ ਕੋਈ ਸਪੋਰਟ ਨਹੀਂ ਕਰ ਰਿਹਾ, ਜਿਹੜੇ ਇੰਡਾਇਰੈਕਟਲੀ ਲੋਕ ਨੇ ਉਹਨਾਂ ਨੂੰ ਫੋਨ 'ਤੇ ਦਬਕਾਰੇ ਨੇ ਕਿ ਤੁਸੀਂ ਫੈਸਲਾ ਕਰੋ ਵੀ ਤੁਹਾਡੇ ਖਿਲਾਫ਼ ਪਤਾ ਨਹੀਂ ਕੀ ਹੋ ਜਾਊਗਾ। ਸੋ ਸਾਰੀ ਚੀਜ਼ਾਂ ਨੂੰ ਅਸੀਂ ਕੰਡੈਮ ਕਰਦੇ ਹਾਂ, ਅਸੀਂ ਮੰਗ ਕਰਦੇ ਹਾਂ ਦੁਬਾਰਾ ਫੇਰ ਕਿ ਜਿਹੜਾ ਉਹ ਸਿੱਖ ਨੌਜਵਾਨ ਨੂੰ ਇਨਸਾਫ਼ ਮਿਲੇ, ਨਹੀਂ ਤਾਂ ਸਾਨੂੰ ਜਿਹੜਾ ਉਹ ਸੰਘਰਸ਼ ਦੇ ਰਾਹ 'ਤੇ ਪੈਣਾ ਪਵੇਗਾ। ਪੁਲਿਸ ਨੇ ਜਿਹੜੀਆਂ ਧਾਰਾਵਾਂ ਲਾਈਆਂ ਨੇ, ਪੁਲਿਸ ਨੇ ਜਿਹੜੀ ਦੁਬਾਰਾ ਕਾਰਵਾਈ ਕੀਤੀ ਆ, ਉਹ ਤੋਂ ਸੰਤੁਸ਼ਟ ਤੋਂ ਤੁਸੀਂ? ਬਿਲਕੁਲ ਸੰਤੁਸ਼ਟ ਨਹੀਂ, ਉਹ ਬਿਲਕੁਲ ਰੱਦੀ ਜਿਹੜੀ ਧਾਰਾਵਾਂ ਕਹਿ ਸਕਦੇ ਹਾਂ ਉਹ ਲਾਈਆਂ ਨੇ, ਉਹ ਤਾਂ ਲਾਈਆਂ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ, ਇੱਕ ਤਾਂ ਪੁਲਿਸ ਵਾਲੇ 'ਤੇ ਕੇਸ ਦਰਜ ਹੋ ਗਿਆ ਅਤੇ ਲੋਕ ਸ਼ਾਂਤ ਹੋ ਜਾਣ। ਅਸੀਂ ਬਿਲਕੁਲ ਸ਼ਾਂਤ ਨਹੀਂ ਬੈਠਾਂਗੇ ਜਦੋਂ ਤੱਕ ਉਹ ਸਿੱਖ ਨੌਜਵਾਨ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਪੁਲਿਸ ਵਾਲਿਆਂ ਦੇ ਖਿਲਾਫ਼ ਜਿਹੜੇ ਉਹ ਸਖ਼ਤ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ 'ਚ ਨਹੀਂ ਸੁੱਟਿਆ ਜਾਂਦਾ। ਗੁਰਜੀਤ ਸਿੰਘ ਖਾਲਸਾ, ਹਾਂਜੀ, ਕਿਹੜੀ ਕਮੇਟੀ ਤੋਂ? ਸੰਤ ਖਾਲਸਾ ਪੰਜਾਬ ਸਰਕਾਰ ਕਮੇਟੀ ਪੰਜਾਬ। ਹਾਂਜੀ, ਕੀ ਗੱਲ ਕਰ ਰਿਹਾ ਨੌਜਵਾਨ ਦੇ ਵਿੱਚ ਸ਼ਬਦ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਇਹ ਬਹੁਤ ਮੰਦਭਾਗੀ ਘਟਨਾ ਸੀ, ਸਾਰੇ ਪੰਜਾਬ ਨੇ ਦੇਖ ਲਿਆ, ਸਾਰੇ ਸਿੱਖ ਜਗਤ ਨੇ ਦੇਖ ਲਿਆ, ਅਤੇ ਅਸੀਂ ਇਹ ਚੇਤਾਵਨੀ ਅਤੇ ਵਾਰਨਿੰਗ ਦਿੰਦੇ ਹਾਂ, ਨਾ ਤਾਂ ਸਾਨੂੰ ਪੋਲੀਟੀਕਲ ਕਰਨੀ ਹੁੰਦੀ ਹੈ, ਨਾ ਸਾਨੂੰ ਕੋਈ ਪ੍ਰੈਸ ਕਾਨਫਰੰਸ ਅੱਜ ਤੱਕ ਕੀਤੀਆਂ ਨੇ, ਨਾ ਸਾਨੂੰ ਕਦੇ ਕਿਸੇ ਨੇ ਦੇਖਿਆ। ਅਸੀਂ ਸਿੱਧੀ ਚੇਤਾਵਨੀ SSP ਨੂੰ ਦਿੰਦੇ ਹਾਂ ਵੀ ਜੇ ਤਾਂ ਉਹਦੇ 'ਤੇ 323 ਅਤੇ 342 ਲਾਉਣੀ ਹੈ ਅਤੇ ਉਹਨੂੰ ਰੱਦ ਕਰ ਦਿਓ, ਇਹ ਧਾਰਾ ਸਾਡੇ 'ਤੇ ਲਾਓ ਅੱਜ ਤੋਂ ਹੀ, ਅਤੇ ਸਾਨੂੰ ਜੇ ਗ੍ਰਿਫਤਾਰ ਕਰਨਾ ਕਰੋ, ਅਸੀਂ ਉਸ SHO ਨੂੰ ਜਾਂ ਜੇ ਬਣਦੀ ਕਾਰਵਾਈ ਉਹ ਤਾਂ ਨਾ ਕੀਤੀ ਤਾਂ ਉਸ ਥਾਣੇਦਾਰ ਨੂੰ ਅਸੀਂ ਪੂਰੀ ਛਿੱਤਰ ਪਰੇਡ ਕਰਾਂਗੇ ਅਤੇ ਕਟਾਪਾ ਉਹਦਾ ਕਰਾਂਗੇ, ਉੱਦਾਂ ਹੀ ਜਿੱਦਾਂ ਉਸ ਨੌਜਵਾਨ ਨਾਲ ਕੀਤਾ ਵਾ।